HN1 ਨਿਊਜ਼ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਤੁਹਾਡਾ ਹਰਤੇਜ ਸਿੰਘ। ਅੱਜ ਅਸੀਂ ਕੁੰਡਲੀ ਬਾਰਡਰ ਤੇ ਆ, ਜਿੱਥੇ ਕਿ ਪਹਿਲਾਂ ਦੀ ਤਰ੍ਹਾਂ ਤੁਹਾਨੂੰ ਅਲੱਗ-ਅਲੱਗ ਤਰ੍ਹਾਂ ਦੀ ਅਪਡੇਟ ਦੇ ਰਹੇ ਹਾਂ ਕਿ ਕਿਸ ਤਰੀਕੇ ਨਾਲ ਸ਼ਾਂਤਮਈ ਤਰੀਕੇ ਨਾਲ ਇੱਥੇ ਧਰਨਾ ਚੱਲ ਰਿਹਾ ਹੈ ਤੇ ਹਰ ਤਰ੍ਹਾਂ ਦਾ ਲੰਗਰ ਜਿਹੜਾ ਕਿਸਾਨਾਂ ਵਾਸਤੇ, ਸੰਗਤਾਂ ਵਾਸਤੇ ਜਿਹੜਾ ਲੋਕਾਂ ਨੂੰ ਪ੍ਰੋਵਾਈਡ ਕੀਤਾ ਜਾ ਰਿਹਾ। ਤੇ ਅੱਜ ਚੰਡੀਗੜ੍ਹ ਤੋਂ ਟ੍ਰਾਈ ਸਿਟੀ ਵਹੀਕਲ ਡਰਾਈਵਰ ਐਸੋਸੀਏਸ਼ਨ ਦੇ ਨਾਮ ਤੋਂ ਜਿਹੜੀ ਇੱਕ ਯੂਨੀਅਨ ਬਣੀ ਹੋਈ ਹੈ, ਉਸ ਦੇ ਮੈਂਬਰ ਜਿਹੜੇ ਅੱਜ ਇੱਥੇ ਕੁੰਡਲੀ ਬਾਰਡਰ ਤੇ ਗੁੜ ਦੀ ਟਿੱਕੀ ਦਾ ਲੰਗਰ ਲੈ ਕੇ ਸੰਗਤਾਂ ਵਾਸਤੇ ਆਏ ਨੇ। ਦਿਖਾਵਾਂਗੇ, ਪਹਿਲਾਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿਸ ਤਰੀਕੇ ਨਾਲ ਸੇਵਾ ਜਿਹੜੀ ਕੀਤੀ ਜਾ ਰਹੀ ਹੈ, ਕਿ ਗੱਡੀ ਭਰ ਕੇ ਜਿਹੜੀ ਟਿੱਕੀ ਦੀ ਸੰਗਤਾਂ ਵਾਸਤੇ, ਦੇਖੋ ਤੁਸੀਂ ਦੇਖ ਸਕਦੇ ਹੋ ਕਿ ਸੰਗਤਾਂ ਵਾਸਤੇ ਟਿੱਕੀ ਜਿਹੜੀ ਗੁੜ ਦੀ ਹੈ ਉਹ ਲੈ ਕੇ ਆਏ ਨੇ। ਅਤੇ ਗੱਲਬਾਤ ਕਰਾਂਗੇ ਇੱਥੇ ਟ੍ਰਾਈ ਸਿਟੀ ਵਹੀਕਲ ਡਰਾਈਵਰ ਐਸੋਸੀਏਸ਼ਨ ਦੇ ਪ੍ਰਧਾਨ ਰਾਣਾ ਜੀ ਨਾਲ ਨੇ। ਰਾਣਾ ਜੀ, ਕਿਵੇਂ ਤੁਹਾਡੇ ਮਨ 'ਚ ਆਇਆ, ਕਿਉਂਕਿ ਅਲੱਗ ਅਲੱਗ ਤਰ੍ਹਾਂ ਦੇ ਲੰਗਰ ਚੱਲ ਰਹੇ ਨੇ, ਜੇ ਗੱਲ ਕਰੀਏ ਮਟਰ ਪਨੀਰ ਦੇ, ਬਦਾਮਾਂ ਦੇ, ਇਹ ਤੁਹਾਡੇ ਮਨ 'ਚ ਕਿਵੇਂ ਆਇਆ ਕਿ ਟਿੱਕੀ ਦੀ ਵੀ ਲੋੜ ਹੈ? ਦੇਖੋ ਜੀ, ਆਪਣਾ ਆਪਾਂ ਇੱਕ ਦੋ ਤਿੰਨ ਗੇੜੇ ਆਪਾਂ ਪਹਿਲਾਂ ਲਾ ਚੁੱਕੇ ਇੱਥੇ। ਉਦੋਂ ਆਪਣਾ ਬਾਈ ਦੀਪ ਨੇ ਦੱਸਿਆ ਸੀ ਕਿ ਕਹਿੰਦਾ ਇੱਥੇ ਆਪਣਾ ਸੰਗਤਾਂ ਨੇ ਕਾਫੀਆਂ ਨੇ ਗੱਲਾਂ ਬਾਤਾਂ ਤੋਂ ਪਤਾ ਲੱਗਿਆ, ਕਹਿੰਦੇ ਇੱਥੇ ਹਰ ਚੀਜ਼ ਪਹੁੰਚ ਗਈ ਹੈ, ਪਰ ਕਹਿੰਦੇ ਇੱਥੇ ਗੁੜ ਦੀ ਟਿੱਕੀ ਦਾ ਲੰਗਰ ਕੋਈ ਨਹੀਂ ਆਇਆ। ਫਿਰ ਅਸੀਂ ਉਸ ਚੀਜ਼ 'ਤੇ ਵਿਚਾਰ ਕਰਿਆ ਵੀ ਇੱਕ ਤਾਂ ਠੰਡ ਹੈ, ਠੰਡ ਦੇ ਵਿੱਚ ਜਿਹੜੀ ਗੁੜ ਹੈ ਕਿ ਗਰਮ ਚੀਜ਼ ਹੈ, ਵੀ ਇੱਕ ਦੀ ਇਸ 'ਚ ਸੇਵਾ ਲਈ ਜਾਵੇ ਜਿੰਨੀ ਵੀ ਹੋ ਸਕੇ। ਆਪਣੇ ਵੱਲੋਂ ਤਿਲ ਫੁੱਲ ਲਗਾ ਕੇ ਆਪਣੇ ਇੱਕ ਛੋਟੀ ਜਿਹੀ ਕੋਸ਼ਿਸ਼ ਕੀਤੀ ਹੈ ਕਿ ਜਿਵੇਂ ਹੁਣ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਜ਼ਿਆਦਾ ਕਰਾਊਡ ਹੈ, ਲੋਕ ਘੁੰਮ ਰਹੇ ਨੇ, ਗਰਦ ਹੈ, ਮਿੱਟੀ ਉੱਡਦੀ ਹੈ, ਘੱਟਾ ਹੈ, ਕਿਉਂ ਪਹਿਲੇ ਸਿਆਣਿਆਂ ਦਾ ਕਿਹਾ ਜਾਂਦਾ ਸੀ ਕਿ ਜਦੋਂ ਵੀ ਕੋਈ ਗਰਦ ਵਾਲਾ ਕੰਮ ਹੋਵੇ, ਜੇ ਮੰਨ ਲਓ ਆਪਾਂ ਖੇਤਾਂ ਦੇ ਵਿੱਚ ਕੰਮ ਕਰਦੇ ਸੀ, ਉਸ ਤੋਂ ਬਾਅਦ ਹੀ ਗੁੜ ਦੀ ਡਲੀ ਜ਼ਰੂਰ ਖਾਂਦੇ ਸੀ। ਬਿਲਕੁਲ, ਪਰ ਲੱਗਦਾ ਨਹੀਂ ਕਿ ਹੁਣ ਇਹ ਤੁਹਾਡਾ ਬਹੁਤ ਵੱਡਾ ਉਪਰਾਲਾ ਹੈ, ਕਿਉਂਕਿ ਲੋਕਾਂ ਨੂੰ ਜਿਹੜੀ ਛੋਟੀ ਮੋਟੀ ਬਿਮਾਰੀ ਹੁੰਦੀ ਹੈ, ਸਾਹ ਦੀ ਹੁੰਦੀ ਹੈ, ਤਾਂ ਕਿਤੇ ਨਾ ਕਿਤੇ ਗੁੜ ਇਹ ਜਿਹੜਾ ਕਵਰ ਕਰ ਲੈਂਦਾ। ਦੇਖੋ, ਗੁੜ ਇੱਕ ਇਹੋ ਜਿਹੀ ਚੀਜ਼ ਹੈ ਜਿਹੜਾ ਆਪਣੇ ਪਿੰਡਾਂ ਦੇ ਵਿੱਚ, ਹੁਣ ਤਾਂ ਸ਼ਹਿਰਾਂ ਦੇ ਵਿੱਚ ਵੀ ਆਮ ਹੋ ਗਿਆ ਕਿ ਜਦੋਂ ਆਪਾਂ ਪਿੰਡਾਂ ਦੇ ਵਿੱਚ ਗੁੜ ਖਾਂਦੇ ਸੀ, ਬੰਦੇ ਨੂੰ ਕੋਈ ਬਿਮਾਰੀ ਨਹੀਂ ਹੁੰਦੀ ਸੀ। ਗੁੜ ਇੱਕ ਆਪਣੇ ਘਰ ਦੀ ਇੱਕ ਦੇਸੀ ਚੀਜ਼ ਹੈ ਕਿ ਚਾਹ ਦੇ ਵਿੱਚ ਵੀ ਗੁੜ, ਰੋਟੀ ਖਾਣ ਤੋਂ ਬਾਅਦ ਵੀ ਆਪਾਂ ਗੁੜ ਖਾਂਦੇ ਸੀ, ਬੰਦਾ ਪੂਰਾ ਫਿੱਟ ਰਹਿੰਦਾ ਸੀ। ਹੁਣ ਗੱਲਬਾਤ ਕਰਾਂਗੇ ਸਾਡੇ ਨਾਲ ਗੁਰਦੀਪ ਜੀ, ਜਿਹੜੇ ਤੁਸੀਂ ਇਹ ਦੇਖ ਲਓ ਕਿ ਇਸ ਐਸੋਸੀਏਸ਼ਨ ਦੇ ਥੰਮ ਨੇ ਅਤੇ ਹਰ ਵੱਡੇ ਵੱਡੇ ਮਸਲਿਆਂ 'ਤੇ ਬੋਲਦੇ ਨੇ, ਗੱਲਬਾਤ ਕਰਾਂਗੇ। ਬਾਈ ਜੀ, ਕਿਵੇਂ ਲੱਗਦਾ ਹੈ ਕਿ ਅੱਜ ਕਿਵੇਂ ਦਾ ਮਾਹੌਲ ਤੁਹਾਨੂੰ ਲੱਗ ਰਿਹਾ? ਪੂਰਾ ਪੰਜਾਬ, ਪੂਰਾ ਹਰਿਆਣਾ, ਪੂਰਾ ਹਿਮਾਚਲ ਇੱਕ ਜਗ੍ਹਾ 'ਤੇ ਇਕੱਠਾ ਹੋ ਗਿਆ, ਕਿਵੇਂ ਦੀ ਭਾਈਚਾਰਕ ਸਾਂਝ ਮਿਲ ਰਹੀ ਹੈ, ਕਿਉਂਕਿ ਤੁਹਾਡੇ ਵੱਲੋਂ ਵੀ ਅੱਜ ਟਿੱਕੀ ਦਾ ਜਿਹੜਾ ਲੰਗਰ ਲਗਾਇਆ ਗਿਆ, ਕਿਵੇਂ ਦਾ ਮਹਿਸੂਸ ਕਰ ਰਹੇ ਹੋ? ਬਹੁਤ ਵਧੀਆ ਕਿਸਮਤ ਹੈ ਜੀ ਸਾਡੀ, ਜਿਹੜਾ ਸਾਨੂੰ ਅੱਜ ਸੇਵਾ ਦਾ ਮੌਕਾ ਮਿਲਿਆ। ਵੈਸੇ ਆਪਾਂ ਪਹਿਲਾਂ ਵੀ ਦੋ ਤਿੰਨ ਵਾਰ ਆ ਚੁੱਕੇ ਹਾਂ, ਹੁਣ ਸਾਡਾ ਮਸਲਾ ਤਾਂ ਕਿ ਇੱਕ ਗੁੜਦੀ ਨੇ ਇੱਕ ਟਿੱਕੀ ਬਣਾਈ ਜਾਵੇ, ਗਰਮ ਟਿੱਕੀ, ਜੋ ਸਾਡੇ ਬਜ਼ੁਰਗ ਕਿਸਾਨ ਇੱਥੇ ਬੈਠੇ ਹੈ ਉਹ ਖਾਊਂਗੇ। ਇਹਦੇ ਵਿੱਚ ਆਪਾਂ ਕਈ ਚੀਜ਼ਾਂ ਗਰਮ ਮਿਲਾ ਕੇ ਆਪਣਾ ਰੂਹ ਨਾਲ ਬੈਠ ਕੇ 3-3.5 ਕੁਇੰਟਲ ਮਾਲ ਲੈ ਕੇ ਅਸੀਂ ਪਹੁੰਚੇ ਹਾਂ ਜੀ। ਆਪਣੇ ਡਰਾਈਵਰ ਭਾਈਚਾਰੇ ਵੱਲੋਂ ਸਾਰਾ ਜਿੰਨਾ ਵੀ ਉਹਨਾਂ ਦੇ ਸਹਿਯੋਗ ਨਾਲ, ਅਤੇ ਸਾਡੇ ਜੋ ਵੀ ਮਾਲਕ ਜਿਨ੍ਹਾਂ ਨੇ ਵੀ ਸਹਿਯੋਗ ਕਰਿਆ ਸਾਡੇ ਨਾਲ ਖੜੇ ਹਾਂ ਉਹ ਵੀ, ਅਤੇ ਉਹਨਾਂ ਦੇ ਸਹਿਯੋਗ ਨਾਲ ਅੱਜ ਅਸੀਂ ਆਏ ਹਾਂ ਜੀ। ਸਾਡਾ ਵੀ ਦਿਲ ਲੱਗਿਆ ਕਿ ਅਸੀਂ ਵੀ ਇਹਨਾਂ ਸੇਵਾਵਾਂ ਹਾਜ਼ਰੀ ਭਰੀਏ ਜੀ। ਅਤੇ ਕਿੱਧਰ ਨੂੰ ਲੱਗਦਾ ਕਿ ਮਹੀਨੇ ਤੋਂ ਉੱਪਰ ਹੋ ਗਿਆ ਧਰਨੇ ਨੂੰ, ਕਿਆ ਲੱਗਦਾ ਕਿ ਕਿਸ ਪਾਸੇ ਨੂੰ ਜਾ ਰਿਹਾ? ਕਿਉਂਕਿ ਇੱਕ ਤਾਂ ਚਲੋ ਆਪਣੀ ਭਾਈਚਾਰਕ ਸਾਂਝ ਬਣ ਗਈ, ਆਪਸੀ ਪਿਆਰ ਬਣ ਗਿਆ, ਜਿਹੜੇ ਮਤਭੇਦ ਅਤੇ ਜਾਤ ਪਾਤ ਦਾ ਉਹ ਵੀ ਦੂਰ ਹੋ ਗਿਆ, ਤਾਂ ਲੱਗਦਾ ਕਿ ਇੱਕ ਵੱਡਾ ਮੈਸੇਜ ਜਿਹੜਾ ਇਸ ਧਰਨੇ ਵਿੱਚੋਂ ਨਿਕਲੇਗਾ। ਹਾਂਜੀ ਬਿਲਕੁਲ, ਮੈਸੇਜ ਤਾਂ ਨਿਕਲਣਾ ਹੈ। ਅਸੀਂ ਧੰਨਵਾਦ ਕਰਦੇ ਹਾਂ ਮੋਦੀ ਸਾਹਿਬ ਦਾ ਇੱਕ ਚੀਜ਼ ਵਾਸਤੇ, ਜਿਹਨੇ ਸਾਰੀਆਂ ਜਾਤ ਬਰਾਦਰੀਆਂ, ਪੰਜਾਬ, ਹਰਿਆਣਾ, ਹਿਮਾਚਲ, ਜਾਤ ਬਰਾਦਰੀ ਤੋਂ ਉੱਪਰ ਉੱਠ ਕੇ ਇੱਕ
ਸਾਨੂੰ ਨਾ ਇੱਕ ਜੋੜ ਤੇ ਆ ਜੀ, ਬਾਕੀ ਜੇ ਹਾਂ ਸਾਂਝਾ ਕਰਦੇ ਜਿਹੜੇ ਤੁਸੀਂ ਗੱਲ ਕਹਿੰਦੇ ਆ ਵੀ ਕਿੱਦਾਂ ਨਿਕਲੇਗਾ ਮੋਦੀ ਤੱਕ ਕਿੱਦਾਂ ਮੈਸੇਜ ਪਹੁੰਚੂਗਾ, ਉਹ ਤਾਂ ਇੱਕ ਸਿਰਫ ਨੋਰਮਲ ਨਾ ਇੱਕ ਅਡਵਾਈਸ ਲੈ ਕੇ ਬੈਠੇ ਆ ਜੀ, ਮਤਲਬ ਆਪਣੀ ਬੇਇੱਜ਼ਤੀ ਮਹਿਸੂਸ ਕਰ ਰਹੇ ਇਸ ਚੀਜ਼ ਮੈਂ, ਉਹ ਹਾਰ ਚੁੱਕੇ ਆ, ਉਹਨਾਂ ਨੇ ਸਾਰੇ ਬਿੱਲ ਰੱਦ ਕਰਨੇ ਨੂੰ ਕਹਿਤਿਆ, ਕਹਿੰਦੇ ਵੀ ਜਿੰਨੀਆਂ ਵੀ ਤੁਸੀਂ ਸੇਧਾਂ ਕਰਨੀਆਂ ਕਰ ਲਓ, ਬਾਕੀ ਆਪਣੇ 29 ਤਰੀਕ ਨੂੰ ਕਿਸਾਨਾਂ ਦੀ ਜਥੇਬੰਦੀਆਂ ਦੀ ਮੀਟਿੰਗ ਹੈ, ਜੋ ਵੀ ਫੈਸਲਾ ਆਊਗਾ ਸਾਨੂੰ ਸਿਰ ਮੱਥੇ ਹੈ ਜੀ, ਉਹਨਾਂ ਦੇ ਹਿਸਾਬ 'ਤੇ ਅਸੀਂ ਅੱਗੇ ਚੱਲਾਂਗੇ। ਖੁਰਾਕ ਹੈ ਗੁੜ 'ਤੇ ਗੱਲਬਾਤ ਕਰਦੇ ਹਾਂ ਬਜ਼ੁਰਗੋ, ਜਿਵੇਂ ਪਹਿਲਾਂ ਰੋਟੀ ਦੇ ਨਾਲ ਗੁੜ ਖਾਂਦੇ ਸੀ, ਕਹਿੰਦੇ ਕਿ ਬੜੇ ਬਜ਼ੁਰਗ ਖੁਸ਼ ਹੁੰਦੇ ਸੀ ਕਿ ਆ ਭਾਵੇਂ ਕਿ ਲੰਗਰ ਭਾਂਤ ਭਾਂਤ ਦੇ ਲੰਗਰ ਚੱਲ ਰਹੇ ਨੇ, ਬਦਾਮਾਂ ਦਾ, ਖੀਰ ਦਾ, ਪਨੀਰ ਦਾ, ਤਾਂ ਹੁਣ ਜਿਵੇਂ ਸੇਵਾਦਾਰਾਂ ਨੇ ਗੁੜ ਦੀ ਟਿੱਕੀ ਦਾ ਲੰਗਰ ਲਗਾਇਆ, ਕਿਵੇਂ ਦੇਖਦੇ ਹੋ ਕਿ ਅਸਲੀ ਖੁਰਾਕ ਜਿਹੜੀ ਪੁਰਾਣੇ ਬਜ਼ੁਰਗਾਂ ਦੀ ਇਹ ਸੀ? ਇਹ ਜਿਹੜੀ ਪੁਰਾਣੀ ਖੁਰਾਕ ਅਸਲ ਖੁਰਾਕ ਇਹ ਆ ਜਾਂ ਰਸ, ਲੀਟਰ ਲੀਟਰ ਰਸ ਪੀਣੀ ਅਤੇ ਕਿਲੋ ਕਿਲੋ ਗੁੜ ਖਾਣਾ, ਅਤੇ ਬੰਦਾ ਡੋਲਦਾ ਨਹੀਂ ਸਾਰੀ ਦਿਹਾੜੀ, ਭਾਵੇਂ ਕਿਤੇ ਤੁਰਿਆ ਫਿਰੇ, ਕੁਛ ਡਾਂਗ ਫੜ ਲਏ, ਕਈ ਫੜ ਲਵੇ, ਕਿਤੇ ਵੀ ਉਹ ਡੋਲਦਾ ਨਹੀਂ ਬੰਦਾ। ਮੱਕੀ ਦੀ ਰੋਟੀ, ਸਰ੍ਹੋਂ ਦਾ ਸਾਗ, ਮੱਖਣ, ਲੱਸੀ, ਇਹ ਖੁਰਾਕਾਂ ਸੀ ਪੁਰਾਣੀਆਂ। ਕਿਹਾ ਤਾਂ ਹੁਣ ਤਾਂ ਚੱਲ ਪਿਆ ਗੁੜੀਆ, ਗੋਲ ਗੱਪੇ ਖਾ ਲਓ ਅਤੇ ਨੂਡਲ ਖਾ ਲਓ, ਇਹ ਖੁਰਾਕਾਂ ਨੇਗੀਆਂ। ਅਤੇ ਹੁਣ ਲੱਗਦਾ ਕਿ ਨੌਜਵਾਨ ਭੁੱਲਦੇ ਜਾ ਰਹੇ ਨੇ ਇਹਨਾਂ ਖੁਰਾਕਾਂ ਨੂੰ। ਆਉਣਗੇ, ਆਹ ਟਾਈਮ ਵੇਖ ਕੇ ਨਾ ਹੁਣ ਆਪੇ ਇੱਥੇ ਆਉਣਗੇ, ਇਹ ਪੁਰਾਣੀਆਂ ਖੁਰਾਕਾਂ ਇਹ ਖਾਣੀਆਂ ਖਾਣੀਆਂ ਪੈਣੀਆਂ। ਲੱਗਦਾ ਇਸ ਧਰਨੇ ਨੇ ਇੱਕ ਵੱਡਾ ਸੰਦੇਸ਼ ਜਿਹੜਾ ਏਕਤਾ ਦਾ ਵੀ ਦਿੱਤਾ ਸਾਨੂੰ। ਹਾਂ, ਬਹੁਤ ਵੱਡਾ। ਇੱਕ ਪੰਜਾਬ ਤੋਂ ਚੱਲਿਆ ਕਿਸਾਨ ਅਤੇ ਕਿੱਥੋਂ ਦਾ ਇਕੱਠਾ ਹੋ ਗਿਆ। ਗੱਲਬਾਤ ਕਰਦੇ ਹਾਂ ਰਾਣਾ ਜੀ, ਕਿਵੇਂ ਲੱਗਦਾ ਕਿ ਅੱਜ ਤੁਹਾਡੇ ਜਿਵੇਂ 10-9 ਦੀ ਕਿਰਤ ਕਮਾਈ ਵਿੱਚੋਂ ਤੁਹਾਡੇ ਡਰਾਈਵਰ ਭਾਈਚਾਰਾ ਨੇ ਇਕੱਠੇ ਕਰਕੇ ਜਿਹੜੇ ਪੈਸੇ ਇੱਕ ਵੱਡੀ ਸੇਵਾ ਜਿਹੜੀ ਇੱਥੇ ਸੰਗਤਾਂ ਵਾਸਤੇ ਭੇਜੀ ਹੈ, ਕਿ ਲੱਗਦਾ ਕਿ ਹੋਰ ਵੀ ਲੋਕਾਂ ਨੂੰ ਸੰਦੇਸ਼ ਲੈਣਾ ਚਾਹੀਦਾ ਹੈ? ਕਿਉਂਕਿ ਜਿਹੜੇ ਪੰਜਾਬ ਦੇ ਵਿੱਚ ਵੱਡੇ ਵੱਡੇ ਕਾਰੋਬਾਰ ਨੇ, ਵੱਡੇ ਵੱਡੇ ਬਿਜ਼ਨਸਮੈਨ ਨੇ, ਭਾਵੇਂ ਕਿ ਹਰ ਤਰ੍ਹਾਂ ਦਾ ਵਰਗ ਦਾ ਲੋਕ ਇੱਥੇ ਆ ਰਹੇ ਨੇ, ਪਰ ਹੁਣ ਕੀ ਮੈਸੇਜ ਦਿਓਗੇ ਉਹਨਾਂ ਲੋਕਾਂ ਨੂੰ? ਦੇਖੋ, ਤੁਹਾਡੇ ਚੈਨਲ ਰਾਹੀਂ ਮੈਂ ਇਹ ਮੈਸੇਜ ਦੇਣਾ ਚਾਹੂੰਗਾ ਵੀ ਸਭ ਤੋਂ ਪਹਿਲਾਂ ਤਾਂ ਤੁਸੀਂ ਇਸ ਕਿਸਾਨੀ ਮੋਰਚੇ ਦਾ, ਕਿਸਾਨੀ ਅੰਦੋਲਨ ਦਾ ਸਮਰਥਨ ਕਰੋ, ਕਿਉਂਕਿ ਹੁਣ ਇਹ ਇਕੱਲੇ ਇੱਕ ਕਿਸਾਨਾਂ ਦੀ ਲੜਾਈ ਨਹੀਂ ਹੈ, ਇਹ ਅੱਜ ਇੱਕ ਹਰ ਵਰਗ ਦੀ, ਹਰ ਇੱਕ ਆਉਣ ਵਾਲੇ ਫਿਊਚਰ ਦੀ ਲੜਾਈ ਹੈ। ਇੱਕ ਇਹ ਲੋਕ ਲਹਿਰ, ਲੋਕ ਅੰਦੋਲਨ ਜਿਹੜਾ ਇਹ ਬਣ ਚੁੱਕਿਆ, ਜਿਹੜਾ ਕਿ ਇਤਿਹਾਸਿਕ ਬਣਿਆ, ਇਹਦਾ ਫੈਸਲਾ ਵੀ ਇਤਿਹਾਸਿਕ ਹੀ ਆਏਗਾ। ਤੁਸੀਂ ਦੇਖ ਸਕਦੇ ਹੋ ਕਿ 10-9 ਦੀ ਕਿਰਤ ਕਮਾਈ ਵਿੱਚੋਂ ਜਿਹੜਾ ਡਰਾਈਵਰ ਭਾਈਚਾਰੇ ਨੇ ਕਿਸਾਨਾਂ ਵਾਸਤੇ ਵੱਡਾ ਲੰਗਰ, ਜਿਹੜਾ ਟਿੱਕੀ, ਗੁੜ ਦੀ ਟਿੱਕੀ ਦਾ, ਬਦਾਮ ਕਾਜੂ ਪਾ ਕੇ ਜਿਹੜੇ ਸਾਡੇ ਨੌਜਵਾਨ ਨੇ, ਬਜ਼ੁਰਗ ਨੇ, ਕਿਉਂਕਿ ਪਹਿਲਾਂ ਤੋਂ ਉਹਨਾਂ ਦੀ ਪਸੰਦ ਹੁੰਦੀ ਹੈ ਕਿ ਗੁੜ ਹੋਣਾ ਚਾਹੀਦਾ ਹੈ, ਕਿਉਂਕਿ ਸੁੱਕੀ ਰੋਟੀ ਦੇ ਨਾਲ ਵੀ ਜਦੋਂ ਆਪਣੇ ਪਿੰਡਾਂ ਦੇ ਵਿੱਚ ਗੁੜ ਨਾਲ ਖਾਂਦੇ ਸੀ ਤਾਂ ਹਰ ਬੰਦਾ ਖੁਸ਼ੀ ਮਹਿਸੂਸ ਕਰਦਾ ਸੀ। ਅਤੇ ਇਹਨਾਂ ਡਰਾਈਵਰਾਂ ਦਾ ਵੀ ਵੱਡਾ ਉਪਰਾਲਾ ਕਿ 3-4 ਕੁਇੰਟਲ ਜਿਹੜੇ ਵੱਡੀ ਗਿਣਤੀ ਉਹ ਟਿੱਕੀ ਹੈ ਜਿਹੜੀ ਸੰਗਤਾਂ ਵਾਸਤੇ ਅਤੇ ਕਿਸਾਨਾਂ ਵਾਸਤੇ ਲੈ ਕੇ ਆਏ ਨੇ। ਤੁਹਾਡੇ ਨਾਲ ਕੈਮਰਾਮੈਨ ਹਰਪਾਲ ਦੇ ਨਾਲ ਹਰਤੇਜ ਸਿੰਘ ਤੇਜੀ, HN1 ਨਿਊਜ਼, ਕੁੰਡਲੀ ਬਾਰਡਰ।